जलंधर जिमनी चोन नूं लै के कांग्रेस पूरी पाबा पार होई पई है, खासकर वार्ड लैवल से जिहड़ी मीटिंग्स हो रही ने उन्हां नूं जिहड़े कौंसलर ने उत्थे दे, इत्थे प्रवीना मनु जी हैगे ने साडे नाल खड़े, इस वार्ड दे कौंसलर ने, वार्ड नंबर 11 है ये, ते अज इत्थे इलैक्शन मीटिंग सीगी, इन्हां नाल गलबात करदे आ कि इन्हां नूं किहो जिहा रिस्पोंस इत्थे मिलिया। ये इन्हां दे हसबैंड ने मिस्टर मनु, ये भी बोलणगे विच, तुसीं दस्सो तुसीं। धन्यवाद दैनिक सवेरा दा बहुत बहुत। मैं तुहानूं दसना चाहुंदा जिहड़ा साडा आ इलाका है डिफेंस कलोनी दा, 20 साल तो पहले इत्थे जिहड़ा अकाली दल बीजेपी दे जिहड़े हमेशा कौंसलर रहे, 10 साल तो जिहड़े कांग्रेस पार्टी दे जिहड़े कौंसलर रहे ने, और मौजूदा जिहड़े मेरे वाइफ प्रवीणा ने, और मैनूं लगदा कि इत्थे इस बूथां दे विच 850 टोटल वोट पोल हुंदी है परागपुर दे विच। उहदे विच तुहानूं मैं दसना चाहुंदा, तुहानूं एक खुशी दी जिहड़ी गल है कि 700 जिहड़ी वोटां ने ਉਹ ਕਾਂਗਰਸ ਪਾਰਟੀ ਨੂੰ ਪਈਆਂ ਲਾਸਟ ਇਲੈਕਸ਼ਨਾਂ ਦੇ ਵਿੱਚ। 850 ਦੇ ਵਿੱਚੋਂ 700 ਵੋਟਾਂ ਜਿਹੜੀਆਂ ਉਹ ਕਾਂਗਰਸ ਪਾਰਟੀ ਨੂੰ ਪਈਆਂ, ਔਰ ਮੈਂ ਇਸ ਇਲਾਕੇ ਦੇ ਜਿੰਨੇ ਵੀ ਮੇਰੇ ਪਰਿਵਾਰ ਨੇ, ਜਿੰਨੇ ਵੀ ਮੇਰੇ ਦੋਸਤ ਨੇ ਜਿਹੜੇ ਇੱਥੇ ਦੇ ਵਾਸੀ ਨੇ, ਉਹ ਸਾਨੂੰ ਬਹੁਤ ਪਿਆਰ ਕਰਦੇ ਨੇ। ਮੈਡਮ ਪ੍ਰਵੀਨਾ ਮਨੂ ਦੇ ਕੰਮ ਤੋਂ ਖੁਸ਼ ਨੇ, MLA ਸ਼੍ਰੀ ਰਜਿੰਦਰ ਬੇਰੀ ਦੇ ਕੰਮ ਤੋਂ ਖੁਸ਼ ਨੇ, ਸਾਡੀ ਪੰਜਾਬ ਸਰਕਾਰ ਜਦੋਂ ਕਾਂਗਰਸ ਪਾਰਟੀ ਸੀ, ਜਿੰਨੀ ਕਿ ਅਸੀਂ ਡਿਵੈਲਪਮੈਂਟ ਇਸ ਏਰੀਏ ਦੇ ਵਿੱਚ ਕਰਾਈ ਹੈ, ਤੁਸੀਂ ਦੇਖ ਸਕਦੇ ਹੋ, ਕੋਈ ਕਹਿਣ ਦੀ ਗੱਲ ਨਹੀਂ ਹੈ, ਪ੍ਰੈਕਟੀਕਲੀ ਦੇਖ ਸਕਦੇ ਹੋ ਕਿ ਸਾਡੇ ਇਸ ਏਰੀਏ ਨੂੰ ਹਾਰ ਜਿਹੜੀ ਹੈ, ਮੈਂ ਸਮਝਦਾ ਕਿ ਜਲੰਧਰ 'ਚ ਨੰਬਰ 1 'ਤੇ ਹੈ। ਮੈਡਮ ਤੁਸੀਂ ਵੀ ਦੋ ਸ਼ਬਦ ਬੋਲੋ ਕਿ ਤੁਸੀਂ ਅੱਜ ਤੱਕ ਜਿਹੜਾ ਆ ਇੱਕ ਵੱਡੀ ਮੀਟਿੰਗ ਅੱਜ ਤੁਸੀਂ ਇੱਥੇ ਅਰੇਂਜ ਕੀਤੀ ਸੀਗੀ, ਤੁਸੀਂ ਇਹ ਦੱਸੋ ਕਿ ਇਸ ਮੀਟਿੰਗ ਦਾ ਰਿਸਪੋਂਸ ਤੁਹਾਨੂੰ ਕਿੱਦਾਂ ਦਾ ਲੱਗਾ? ਇਸ ਮੀਟਿੰਗ ਦਾ ਰਿਸਪੋਂਸ ਬਹੁਤ ਪੋਜ਼ਿਟਿਵ ਸੀਗਾ, ਸਾਨੂੰ ਪਤਾ ਹੈ ਕਿਉਂਕਿ ਇਹ ਇਲਾਕਾ ਜਿਹੜਾ ਹੈ ਬਹੁਤ ਜ਼ਿਆਦਾ ਡਿਵੈਲਪ ਮੇਰੀ ਭਾਜੀ ਦੇ ਮਤਲਬ ਕਾਰਜਕਾਲ 'ਚ ਹੋਇਆ ਹੈ, ਅਤੇ ਸਾਨੂੰ ਇਹਨਾਂ ਤੋਂ ਮਤਲਬ ਇਹਨਾਂ ਨੇ ਆਪ ਕਿਹਾ ਕਿ ਸਾਡੇ ਇਲਾਕੇ 'ਚ ਮੀਟਿੰਗ ਕਰਵਾਓ, ਅਸੀਂ ਤੁਹਾਨੂੰ ਪੂਰਾ ਸਾਥ ਦੇਵਾਂਗੇ, ਤੁਹਾਨੂੰ ਘਰ ਘਰ ਆ ਕੇ ਡੋਰ ਟੂ ਡੋਰ ਕਰਨ ਦੀ ਲੋੜ ਨਹੀਂ ਹੈ, ਵੋਟਾਂ ਤੁਹਾਡੀਆਂ ਆ, ਤੁਹਾਨੂੰ ਪੈਣੀਆਂ ਕਿਉਂਕਿ ਕੰਮ ਕਰਾਇਆ ਅਤੇ ਵੋਟਾਂ ਵੀ ਤੁਹਾਡੀਆਂ, ਅਤੇ ਸਾਨੂੰ ਪੂਰਾ ਵਿਸ਼ਵਾਸ ਹੈ ਕਿ ਸਾਡੇ ਵਾਰਡ ਤੋਂ ਜਿਹੜੇ ਆ ਮੈਡਮ ਕਰਮਜੀਤ ਕੌਰ ਜੀ ਨੇ, ਉਹਨਾਂ ਨੂੰ ਜਿਹੜੇ ਹੈ ਲੀਡ ਮਿਲੇਗੀ। ਥੈਂਕ ਯੂ। ਇਹ ਸਨ ਮੈਡਮ ਪ੍ਰਵੀਨਾ ਮਨੂ ਜੀ, ਜਿਹੜੇ ਇਸ ਵਾਰਡ ਦੇ ਕੌਂਸਲਰ ਨੇ, ਔਰ ਇਹਨਾਂ ਨੂੰ ਪੂਰਾ ਯਕੀਨ ਹੈ ਕਿ ਇਸ ਵਾਰਡ ਦੀਆਂ ਤਕਰੀਬਨ 800 ਵੋਟਾਂ, ਇਹ ਕਹਿੰਦੇ ਨੇ ਕਿ ਉਹਦੇ 'ਚੋਂ ਕਾਫੀ ਜਿਹੜੀ ਪਰਸੈਂਟੇਜ ਹੈਗੀ ਹੈ, ਤਕਰੀਬਨ 90%, 80 ਤੋਂ 90% ਵੋਟਾਂ ਜਿਹੜੀਆਂ ਉਹ ਕਾਂਗਰਸ ਨੂੰ ਜਾਂਦੀਆਂ, ਪਹਿਲਾਂ ਵੀ ਗਈਆਂ ਨੇ ਅਤੇ ਇਸ ਵਾਰ ਵੀ ਜਾਣਗੀਆਂ। ਦੈਨਿਕ ਸਵੇਰੇ ਲਈ ਵਿਨੇ ਰਾਣਾ, ਕੈਮਰਾਮੈਨ ਜਤਿੰਦਰ ਦੇ ਨਾਲ। ਜਲੰਧਰ ਜਿਮਨੀ ਚੋਣ ਨੂੰ ਲੈ ਕੇ ਕਾਂਗਰਸ ਪੂਰੀ ਪਾਬਾ ਪਾਰ ਹੋਈ ਪਈ ਹੈ, ਖਾਸਕਰ ਵਾਰਡ ਲੈਵਲ 'ਤੇ ਜਿਹੜੀ ਮੀਟਿੰਗਸ ਹੋ ਰਹੀਆਂ ਨੇ ਉਹਨਾਂ ਨੂੰ ਜਿਹੜੇ ਕੌਂਸਲਰ ਨੇ ਉੱਥੇ ਦੇ, ਇੱਥੇ ਪ੍ਰਵੀਨਾ ਮਨੂ ਜੀ ਹੈਗੇ ਨੇ ਸਾਡੇ ਨਾਲ ਖੜ੍ਹੇ, ਇਸ ਵਾਰਡ ਦੇ ਕੌਂਸਲਰ ਨੇ, ਵਾਰਡ ਨੰਬਰ 11 ਹੈ ਇਹ, ਅਤੇ ਅੱਜ ਇੱਥੇ ਇਲੈਕਸ਼ਨ ਮੀਟਿੰਗ ਸੀਗੀ, ਇਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਇਹਨਾਂ ਨੂੰ ਕਿਹੋ ਜਿਹਾ ਰਿਸਪੋਂਸ ਇੱਥੇ ਮਿਲਿਆ। ਇਹ ਇਹਨਾਂ ਦੇ ਹਸਬੈਂਡ ਨੇ ਮਿਸਟਰ ਮਨੂ, ਇਹ ਵੀ ਬੋਲਣਗੇ ਵਿੱਚ, ਤੁਸੀਂ ਦੱਸੋ ਤੁਸੀਂ। ਧੰਨਵਾਦ ਦੈਨਿਕ ਸਵੇਰਾ ਦਾ ਬਹੁਤ ਬਹੁਤ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜਿਹੜਾ ਸਾਡਾ ਆ ਇਲਾਕਾ ਹੈ ਡਿਫੈਂਸ ਕਲੋਨੀ ਦਾ, 20 ਸਾਲ ਤੋਂ ਪਹਿਲਾਂ ਇੱਥੇ ਜਿਹੜਾ ਅਕਾਲੀ ਦਲ ਬੀਜੇਪੀ ਦੇ ਜਿਹੜੇ ਹਮੇਸ਼ਾ ਕੌਂਸਲਰ ਰਹੇ, 10 ਸਾਲ ਤੋਂ ਜਿਹੜੇ ਕਾਂਗਰਸ ਪਾਰਟੀ ਦੇ ਜਿਹੜੇ ਕੌਂਸਲਰ ਰਹੇ ਨੇ, ਔਰ ਮੌਜੂਦਾ ਜਿਹੜੇ ਮੇਰੇ ਵਾਈਫ ਪ੍ਰਵੀਨਾ ਨੇ, ਔਰ ਮੈਨੂੰ ਲੱਗਦਾ ਕਿ ਇੱਥੇ ਇਸ ਬੂਥਾਂ ਦੇ ਵਿੱਚ 850 ਟੋਟਲ ਵੋਟ ਪੋਲ ਹੁੰਦੀ ਹੈ ਪਰਾਗਪੁਰ ਦੇ ਵਿੱਚ। ਉਹਦੇ ਵਿੱਚ ਤੁਹਾਨੂੰ ਮੈਂ ਦੱਸਣਾ ਚਾਹੁੰਦਾ, ਤੁਹਾਨੂੰ ਇੱਕ ਖੁਸ਼ੀ ਦੀ ਜਿਹੜੀ ਗੱਲ ਹੈ ਕਿ 700 ਜਿਹੜੀ ਵੋਟਾਂ ਨੇ ਉਹ ਕਾਂਗਰਸ ਪਾਰਟੀ ਨੂੰ ਪਈਆਂ ਲਾਸਟ ਇਲੈਕਸ਼ਨਾਂ ਦੇ ਵਿੱਚ, 850 ਦੇ ਵਿੱਚੋਂ 700 ਵੋਟਾਂ ਜਿਹੜੀਆਂ ਉਹ ਕਾਂਗਰਸ ਪਾਰਟੀ ਨੂੰ ਪਈਆਂ, ਔਰ ਮੈਂ ਇਸ ਇਲਾਕੇ ਦੇ ਜਿੰਨੇ ਵੀ ਮੇਰੇ ਪਰਿਵਾਰ ਨੇ, ਜਿੰਨੇ ਵੀ ਮੇਰੇ ਦੋਸਤ ਨੇ ਜਿਹੜੇ ਇੱਥੇ ਦੇ ਵਾਸੀ ਨੇ, ਉਹ ਸਾਨੂੰ ਬਹੁਤ ਪਿਆਰ ਕਰਦੇ ਨੇ। ਮੈਡਮ ਪ੍ਰਵੀਨਾ ਮਨੂ ਦੇ ਕੰਮ ਤੋਂ ਖੁਸ਼ ਨੇ, MLA ਸ਼੍ਰੀ ਰਜਿੰਦਰ ਬੇਰੀ ਦੇ ਕੰਮ ਤੋਂ ਖੁਸ਼ ਨੇ, ਸਾਡੀ ਪੰਜਾਬ ਸਰਕਾਰ ਜਦੋਂ ਕਾਂਗਰਸ ਪਾਰਟੀ ਸੀ, ਜਿੰਨੀ ਕਿ ਅਸੀਂ ਡਿਵੈਲਪਮੈਂਟ ਇਸ ਏਰੀਏ ਦੇ ਵਿੱਚ ਕਰਾਈ ਹੈ, ਤੁਸੀਂ ਦੇਖ ਸਕਦੇ ਹੋ, ਕੋਈ ਕਹਿਣ ਦੀ ਗੱਲ ਨਹੀਂ ਹੈ, ਪ੍ਰੈਕਟੀਕਲੀ ਦੇਖ ਸਕਦੇ ਹੋ ਕਿ ਸਾਡੇ ਇਸ ਏਰੀਏ ਨੂੰ ਹਾਰ ਜਿਹੜੀ ਹੈ, ਮੈਂ ਸਮਝਦਾ ਕਿ ਜਲੰਧਰ 'ਚ ਨੰਬਰ 1 'ਤੇ ਹੈ। ਮੈਡਮ ਤੁਸੀਂ ਵੀ ਦੋ ਸ਼ਬਦ ਬੋਲੋ ਕਿ ਤੁਸੀਂ ਅੱਜ ਤੱਕ ਜਿਹੜਾ ਆ ਇੱਕ ਵੱਡੀ ਮੀਟਿੰਗ ਅੱਜ ਤੁਸੀਂ ਇੱਥੇ ਅਰੇਂਜ ਕੀਤੀ ਸੀਗੀ, ਤੁਸੀਂ ਇਹ ਦੱਸੋ ਕਿ ਇਸ ਮੀਟਿੰਗ ਦਾ ਰਿਸਪੋਂਸ ਤੁਹਾਨੂੰ ਕਿੱਦਾਂ ਦਾ ਲੱਗਾ? ਇਸ ਮੀਟਿੰਗ ਦਾ ਰਿਸਪੋਂਸ ਬਹੁਤ ਪੋਜ਼ਿਟਿਵ ਸੀਗਾ, ਸਾਨੂੰ ਪਤਾ ਹੈ ਕਿਉਂਕਿ ਇਹ ਇਲਾਕਾ ਜਿਹੜਾ ਹੈ ਬਹੁਤ ਜ਼ਿਆਦਾ ਡਿਵੈਲਪ ਮੇਰੀ ਭਾਜੀ ਦੇ ਮਤਲਬ ਕਾਰਜਕਾਲ 'ਚ ਹੋਇਆ ਹੈ, ਅਤੇ ਸਾਨੂੰ ਇਹਨਾਂ ਤੋਂ ਮਤਲਬ ਇਹਨਾਂ ਨੇ ਆਪ ਕਿਹਾ ਕਿ ਸਾਡੇ ਇਲਾਕੇ 'ਚ ਮੀਟਿੰਗ ਕਰਵਾਓ, ਅਸੀਂ ਤੁਹਾਨੂੰ ਪੂਰਾ ਸਾਥ ਦੇਵਾਂਗੇ, ਤੁਹਾਨੂੰ ਘਰ ਘਰ ਆ ਕੇ ਡੋਰ ਟੂ ਡੋਰ ਕਰਨ ਦੀ ਲੋੜ ਨਹੀਂ ਹੈ, ਵੋਟਾਂ ਤੁਹਾਡੀਆਂ ਆ, ਤੁਹਾਨੂੰ ਪੈਣੀਆਂ ਕਿਉਂਕਿ ਕੰਮ ਕਰਾਇਆ ਅਤੇ ਵੋਟਾਂ ਵੀ ਤੁਹਾਡੀਆਂ, ਅਤੇ ਸਾਨੂੰ ਪੂਰਾ ਵਿਸ਼ਵਾਸ ਹੈ ਕਿ ਸਾਡੇ ਵਾਰਡ ਤੋਂ ਜਿਹੜੇ ਆ ਮੈਡਮ ਕਰਮਜੀਤ ਕੌਰ ਜੀ ਨੇ, ਉਹਨਾਂ ਨੂੰ ਜਿਹੜੇ ਹੈ ਲੀਡ ਮਿਲੇਗੀ। ਥੈਂਕ ਯੂ। ਇਹ ਸਨ ਮੈਡਮ ਪ੍ਰਵੀਨਾ ਮਨੂ ਜੀ, ਜਿਹੜੇ ਇਸ ਵਾਰਡ ਦੇ ਕੌਂਸਲਰ ਨੇ, ਔਰ ਇਹਨਾਂ ਨੂੰ ਪੂਰਾ ਯਕੀਨ ਹੈ ਕਿ ਇਸ ਵਾਰਡ ਦੀਆਂ ਤਕਰੀਬਨ 800 ਵੋਟਾਂ, ਇਹ ਕਹਿੰਦੇ ਨੇ ਕਿ ਉਹਦੇ 'ਚੋਂ ਕਾਫੀ ਜਿਹੜੀ ਪਰਸੈਂਟੇਜ ਹੈਗੀ ਹੈ, ਤਕਰੀਬਨ 90%, 80 ਤੋਂ 90% ਵੋਟਾਂ ਜਿਹੜੀਆਂ ਉਹ ਕਾਂਗਰਸ ਨੂੰ ਜਾਂਦੀਆਂ, ਪਹਿਲਾਂ ਵੀ ਗਈਆਂ ਨੇ ਅਤੇ ਇਸ ਵਾਰ ਵੀ ਜਾਣਗੀਆਂ। ਦੈਨਿਕ ਸਵੇਰੇ ਲਈ ਵਿਨੇ ਰਾਣਾ,
कैमरामैन जितेंद्र के नाम।